ਕਸ਼ੇਗਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਿੱਥੇ ਇੱਕ ਪਾਸੇ ਪਟਿਆਲਾ ਦੇ ਜੇਲ੍ਹ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਅਕਾਲੀ ਦਲ ਤੇ ਐਸਜੀਪੀਸੀ ਦੇ ਨਾਲ ਨਾਰਾਜ਼ਗੀ ਜਤਾਈ ਗਈ ਹੈ ਤੇ ਪੋਖੜ ਹਟਾਲ ਸ਼ੁਰੂ ਕਰ ਲਈ ਗਈ ਹੈ ਸੋ ਇਸੇ ਵਿਚਕਾਰ ਉਹਨੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਘਬੀਰ ਸਿੰਘ ਦੇ ਵੱਲੋਂ ਪੰਜ ਤਖਤਾਂ ਦੇ ਜਥੇਦਾਰਾਂ ਦੇ ਨਾਲ ਅਹਿਮ ਮੀਟਿੰਗ ਬੁલા ਲਈ ਗਈ ਹੈ ਕੱਲ ਸਵੇਰੇ 11 ਵਜੇ ਮੀਟਿੰਗ ਹੋਣ ਜਾਏਗੀ ਸੋ ਕੱਲ ਪੰਜ ਤਖਤਾਂ ਦੇ ਜਥੇਦਾਰਾਂ ਦੀ ਕਰਤਾ 17 ਤਾ ਬੁਲਾਈ ਗਈ ਹੈ ਕੱਲ ਸਵੇਰੇ 11 ਵਜੇ ਕਾਲ ਤੱਕ ਤਾਂ ਸਭ ਵੀ ਕੇ ਬੈਠਕ ਸੱਦੀ ਗਈ ਹੈ ਜਿਸ ਦੇ ਵਿੱਚ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਜਿਹੜਾ ਵਿਚਾਰ ਵਟਾਂਦਰਾ ਕੀਤੇ ਜਾਣਗੇ ਸੋ ਰਾਜੋਆਣਾ ਦੇ ਮਾਮਲੇ ਦੇ ਉੱਤੇ ਵੀ ਜਿਹੜਾ ਪੂਰੀ ਵਿਚਾਰ ਵਟਾਂਦਰਾ ਕੀਤੀ ਜਾਵੇਗਾ অতি ਜ਼ਰੂਰੀ ਪੰਥਕ ਕਾਰਜਾਂ ਦੇ ਉੱਤੇ ਵੀ ਜਿਹੜਾ ਇਸ ਪੂਰੀ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਹੋਣਗੇ ਸੋ ਰਾਜੋਆਣਾ ਦੇ ਜਿੱਥੇ ਇੱਕ ਪਾਸੇ ਰਾਜੋਆਣਾ ਦੇ ਵੱਲੋਂ ਵੱਲੋਂ ਪੂਕੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸੋ ਉਸ ਦੇ ਵਿਚਾਰ ਹੀ ਹੁਣ ਜਿਹੜਾ ਹੈ ਪੰਥਕ ਕਮੇਟੀ ਰਾਡੇ ਨਾਲ ਵੀ ਇੱਕ ਮੀਟਿੰਗ ਬੁਲਾਈ ਗਈ ਸੀ ਇਸ ਤੋਂ ਪਹਿਲਾਂ ਐਸਜੀਪੀਸੀ ਦੇ ਵੱਲੋਂ 11 ਜਥੇਬੰਦੀਆਂ ਜਿਹੜੀਆਂ ਨੇ ਉਹ ਰਾਜੋ ਉਹਨਾਂ ਦੇ ਮਾਮਲੇ ਦੇ ਵਿੱਚ ਮੀਟਿੰਗ ਕਰ ਚੁੱਕੀਆਂ ਨੇ ਸੋ ਜਿਸ ਦੇ ਬਾਅਦ ਐਸਜੀਪੀਸੀ ਦੇ ਵੱਲੋਂ ਇਹ ਕਾਲ ਵੀ ਦਿੱਤੀ ਗਈ ਹੈ ਕਿ ਦਿੱਲੀ ਦੇ ਵਿੱਚ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਧਰਨਾ ਪ੍ਰਦਰਸ਼ਨ ਦੇ ਕਰਨਾ ਹੈ ਸੋ ਇਸ ਵਿਚਕਾਰ ਹੁਣ ਕੱਲ 11 ਵਜੇ ਜਥੇਦਾਰ ਗੈਂਦੀ ਰਗਵੀਰ ਸਿੰਘ ਦੇ ਵੱਲੋਂ ਇੱਕ ਅਹਿਮ ਬੈਠਕ ਬੁਲਾ ਲਈ ਗਈ ਹੈ ਪੰਜ ਤਖਤਾਂ ਦੇ ਜਥੇਦਾਰਾਂ ਦੇ ਸਹਬਾਨਾਂ ਦੇ ਨਾਲ ਇਹ ਮੀਟਿੰਗ ਹੋਵੇਗੀ ਜਿਸ ਦੇ ਵਿੱਚ অতি ਜ਼ਰੂਰੀ ਪੰਥਕ ਕਾਰਜਾਂ ਨੂੰ ਲੈ ਕੇ ਮੀਟਿੰਗ ਕੀਤੀ ਜਾਵੇਗੀ ਗੀ ਤੇ ਗੱਲਬਾਤ ਕੀਤੀ ਜਾਵੇਗੀ ਸਵਰਾਜੋ ਆਨਾਂ ਦੇ ਮਾਮਲੇ ਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ 라ਜੋ ਆਨਾਂ ਦੇ ਵੱਲੋਂ ਜਿਹੜੀ ਅੱਜ ਚਿੱਠੀ ਭੇਜੀ ਗਈ ਆ ਬਾਰੋਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਪਹਿਲਾਂ ਵੀ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ 2016 ਦੇ ਵਿੱਚ ਉਹਨਾਂ ਨੂੰ ਭੋਖੜ ਹਦਾਲ ਤड़ਵਾਈ ਗਈ ਸੀ ਇਸ ਭਰੋਸੇ ਦੇ ਨਾਲ ਕਿ ਬਣਾਦੀ ਜਿਹੜੀ ਪਟੀਸ਼ਨ ਪਾਈ ਗਈ ਹੈ ਉਸ ਤੇ ਬਹੁਤ ਜਲਦ ਫੈਸਲਾ ਕਰਵਾਇਆ ਜਾਏਗਾ ਉਸ ਤੋਂ ਬਾਅਦ ਹੁਣ ਜਿਹੜਾ ਮੋਰ ਤੋਂ ਭੋਖੜ ਹਦਾਲ ਤੇ ਬੈਠੇ ਨੇ ਤੋਂ ਇਸ ਦੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਸ ਹਾਲ ਪਹਿਲਾਂ ਵੀ ਮਈ ਦੇ ਵਿੱਚ ਭੋਖੜ ਹਦਾਲ ਕਰਨੀ ਸੀ April ਦੇ ਵਿੱਚ ਵੀ ਭੋਖੜ ਹਦਾਲ ਕਰਨੀ ਸੀ ਪਰ ਲਗਾਤਾਰ ਐਸਜੀਪੀਸੀ ਦੇ ਵੱਲੋਂ ਭਰੋਸਾ ਦੇਣ ਤੋਂ ਬਾਅਦ ਜਿਹੜਾ ਇਹ ਮੈਂ ਪੋਖਰ ਤਾਲ ਨਹੀਂ ਕੀਤੀ ਸੋ ਇਸ ਤੋਂ ਬਾਅਦ ਹੁਣ ਅੱਜ ਰਾਜੋਾਨਾ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਗਈ ਹੈ ਸੋ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਦੇ ਵੱਲੋਂ ਅਹਿਮ ਮੀਟਿੰਗ ਬੁਲਾ ਲਈ ਗਈ ਹੈ ਪੰਜ ਤਖਤਾਂ ਦੇ ਜਥੇਦਾਰਾਂ ਦੇ ਨਾਲੇ ਮੀਟਿੰਗ ਹੋਣ ਜਾ ਰਹੀ ਹੈ ਰਾਜੋਾਨਾ ਦੀ ਪੋਖਰ ਤਾਲ ਦੇ ਜਿਹੜਾ ਐਲਾਨ ਤੋਂ ਬਾਅਦ ਹੁਣ ਚਾਨਕਈ ਜਥੇਦਾਰ ਰਗਵੀਰ ਸਿੰਘ ਦੇ ਵੱਲੋਂ ਪੰਜ ਤਖਤਾਂ ਦੇ ਜਥੇਦਾਰਾਂ ਦੇ ਨਾਲ ਮੀਟਿੰਗ ਬੁਲਾ ਲਈ ਗਈ ਹੈ ਕੱਲ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਸੋ ਸਵੇਕਾ ਹਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਿੱਥੇ ਇੱਕ ਪਾਸੇ ਪਟਿਆਲਾ ਦੇ ਜੇਲ੍ਹ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਅਕਾਲੀ ਦਲ ਤੇ ਐਸਜੀਪੀਸੀ ਦੇ ਨਾਲ ਨਾਰਾਜ਼ਗੀ ਜਤਾਈ ਗਈ ਹੈ ਤੇ ਭੋਖੜ ਹੜਤਾਲ ਸ਼ੁਰੂ ਕਰ ਲਈ ਗਈ ਹੈ ਸੋ ਇਸੇ ਵਿਚਕਾਰ ਉਹਨੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਦੇ ਵੱਲੋਂ ਪੰਜ ਤਖਤਾਂ ਦੇ ਜਥੇਦਾਰਾਂ ਦੇ ਨਾਲ ਅਹਿਮ ਮੀਟਿੰਗ ਬੁલા ਲਈ ਗਈ ਹੈ ਕੱਲ ਸਵੇਰੇ 11 ਵਜੇ ਮੀਟਿੰਗ ਹੋਣ ਜਾਏਗੀ ਸੋ ਕੱਲ ਪੰਜ ਤਖਤਾਂ ਦੇ ਜਥੇਦਾਰਾਂ ਦੀ ਕਰਤਾ ਇਕਤ ਪਰਤਾ ਬਲਾਈ ਗਈ ਹੈ ਕੱਲ ਸਵੇਰੇ 11 ਵਜੇ ਕਾਲ ਤੱਕ ਤਾਂ ਸਭ ਵੀ ਕਿ ਇਹ ਬੈਠਕ ਸੱਦੀ ਗਈ ਹੈ ਜਿਸ ਦੇ ਵਿੱਚ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾਣਗੇ ਸੋ ਰਾਜੋਆਣਾ ਦੇ ਮਾਮਲੇ ਦੇ ਉੱਤੇ ਵੀ ਜਿਹੜਾ ਪੂਰੀ ਵਿਚਾਰ ਵਟਾਂਦਰਾ ਕੀਤੀ ਜਾਵੇਗਾ অতি ਜ਼ਰੂਰੀ ਪੰਥਕ ਕਾਰਜਾਂ ਦੇ ਉੱਤੇ ਵੀ ਜਿਹੜਾ ਇਸ ਪੂਰੀ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਹੋਣਗੇ ਸੋ ਰਾਜੋਆਣਾ ਦੇ ਜਿੱਥੇ ਇੱਕ ਪਾਸੇ ਰਾਜੋਆਣਾ ਦੇ ਵੱਲੋਂ ਵੱਲੋਂ ਪੋਹ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸੋ ਉਸ ਦੇ ਵਿਚਾਰ ਹੀ ਹੁਣ ਜਿਹੜਾ ਹੈ ਪੰਥਕ ਕਮੇਟੀ ਰਾਡੇ ਨਾਲ ਵੀ ਇੱਕ ਮੀਟਿੰਗ ਬੁਲਾਈ ਗਈ ਸੀ ਇਸ ਤੋਂ ਪਹਿਲਾਂ ਐਸਜੀਪੀਸੀ ਦੇ ਵੱਲੋਂ 11 ਜਥੇਬੰਦੀਆਂ ਜਿਹੜੀਆਂ ਨੇ ਉਹ ਰਾਜੋ ਉਹਨਾਂ ਦੇ ਮਾਮਲੇ ਦੇ ਵਿੱਚ ਮੀਟਿੰਗ ਕਰ ਚੁੱਕੀਆਂ ਨੇ ਸੋ ਜਿਸ ਦੇ ਬਾਅਦ ਐਸਜੀਪੀਸੀ ਦੇ ਵੱਲੋਂ ਇਹ ਕਾਲ ਵੀ ਦਿੱਤੀ ਗਈ ਹੈ ਕਿ ਦਿੱਲੀ ਦੇ ਵਿੱਚ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਧਰਨਾ ਪ੍ਰਦਰਸ਼ਨ ਦੇ ਕਰਨਾ ਹੈ ਸੋ ਇਸ ਵਿਚਕਾਰ ਹੁਣ ਕੱਲ 11 ਵਜੇ ਜਥੇਦਾਰ ਗੈਨੀ ਰਗਵੀਰ ਸਿੰਘ ਦੇ ਵੱਲੋਂ ਇੱਕ ਅਹਿਮ ਬੈਠਕ ਬੁਲਾ ਲਈ ਗਈ ਹੈ ਪੰਜ ਤਖਤਾਂ ਦੇ ਜਥੇਦਾਰਾਂ ਦੇ ਸਹਬਾਨਾਂ ਦੇ ਨਾਲ ਮੀਟਿੰਗ ਹੋਵੇਗੀ ਜਿਸ ਦੇ ਵਿੱਚ অতি ਜ਼ਰੂਰੀ ਪੰਥਕ ਕਾਰਜਾਂ ਨੂੰ ਲੈ ਕੇ ਮੀਟਿੰਗ ਕੀਤੀ ਜਾਵੇਗੀ ਦੀ ਤੇ ਗੱਲਬਾਤ ਕੀਤੀ ਜਾਵੇਗੀ ਸਵਾਜੋਆਂ ਦੇ ਮਾਮਲੇ ਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਕਾਇਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ 라ਜੋਆਂ ਦੇ ਵੱਲੋਂ ਜਿਹੜੀ ਅੱਜ ਚਿੱਠੀ ਭੇਜੀ ਗਈ ਆ ਬਾਹਰ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਪਹਿਲਾਂ ਵੀ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ 2016 ਦੇ ਵਿੱਚ ਉਹਨਾਂ ਨੂੰ ਭੋਖੜ ਹਦਾਲ ਤड़ਵਾਈ ਗਈ ਸੀ ਇਸ ਭਰੋਸੇ ਦੇ ਨਾਲ ਕਿ ਬਣਾਦੀ ਜਿਹੜੀ ਪਟੀਸ਼ਨ ਪਾਈ ਗਈ ਹੈ ਉਸ ਤੇ ਬਹੁਤ ਜਲਦ ਫੈਸਲਾ ਕਰਵਾਇਆ ਜਾਏਗਾ ਸੋ ਉਸ ਤੋਂ ਬਾਅਦ ਹੁਣ ਜਿਹੜਾ ਮੋੜ ਤੋਂ ਭੋਖੜ ਹਦਾਲ ਤੇ ਬੈਠੇ ਨੇ ਤੋਂ ਇਸ ਦੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਇਸ ਸਾਲ ਪਹਿਲਾਂ ਵੀ ਮਈ ਦੇ ਵਿੱਚ ਭੋਖੜ ਹਦਾਲ ਕਰਨੀ ਸੀ April ਦੇ ਵਿੱਚ ਵੀ ਭੋਖੜ ਹਦਾਲ ਕਰਨੀ ਸੀ ਪਰ ਲਗਾਤਾਰ ਐਸਜੀਪੀਸੀ ਦੇ ਵੱਲੋਂ ਭਰੋਸਾ ਦੇਣ ਤੋਂ ਬਾਅਦ ਜਿਹੜਾ ਇਹ ਮੈਂ ਭੋਖੜ ਹਦਾਲ ਨਹੀਂ ਕੀਤੀ ਸੋ ਇਸ ਤੋਂ ਬਾਅਦ ਹੁਣ ਅੱਜ ਰਾਜੋਆਣਾ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਗਈ ਹੈ ਸੋ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਅਹਿਮ ਮੀਟਿੰਗ ਬੁਲਾ ਲਈ ਗਈ ਹੈ ਪੰਜ ਤਖਤਾਂ ਦੇ ਜਥੇਦਾਰਾਂ ਦੇ ਨਾਲ ਇਹ ਮੀਟਿੰਗ ਹੋਣ ਜਾ ਰਹੀ ਹੈ ਰਾਜੋ ਹਨ ਦੀ ਪੋਖੜ ਤਾਲ ਦੇ ਜਿਹੜਾ ਐਲਾਨ ਤੋਂ ਬਾਅਦ ਹੁਣ ਚਾਹਨ ਕਈ ਜਥੇਦਾਰ ਰਗਵੀਰ ਸਿੰਘ ਵੱਲੋਂ ਪੰਜ ਤਖਤਾਂ ਦੇ ਜਥੇਦਾਰਾਂ ਦੇ ਨਾਲ ਮੀਟਿੰਗ ਬੁਲਾ ਲਈ ਗਈ ਹੈ ਕੱਲ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ